ਸਾਨੂੰ ਪਹਿਲਾਂ ਕੱਲ ਰੇਲਵੇ ਵੱਲੋਂ ਸਲਾਹ ਮਿਲੀ ਸੀ ਕਿ ਡੈਡ ਬੋਡੀ ਜਿਹੜੀ ਉੱਥੇ ਪਈ ਹੈ ਲਾਈਨਾਂ 'ਤੇ, ਅਤੇ ਅਸੀਂ ਉੱਥੇ ਮੌਕੇ 'ਤੇ ਪਹੁੰਚੇ ਸੀ। ਉਸ ਤੋਂ ਬਾਅਦ ਅਸੀਂ 72 ਘੰਟੇ ਵਾਸਤੇ ਉਹਨੂੰ ਮੋਰਚੇ 'ਚ ਰੱਖਿਆ ਗਿਆ ਸੀਗਾ ਸਿਵਲ ਹਸਪਤਾਲ, ਅਤੇ ਉਹਦੀ ਉਦੋਂ ਕੋਈ ਪਹਿਚਾਣ ਨਹੀਂ ਪਈ, ਅਤੇ ਤਕਰੀਬਨ ਸ਼ਾਮ ਨੂੰ ਉਹਦੇ ਜਿਹੜੇ ਵਾਰਸ ਆ ਗਏ ਸੀਗੇ, ਅਤੇ ਵਾਰਸਾਂ ਨੇ ਮਤਲਬ ਹੁਣ ਅਸੀਂ ਵਾਰਸਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ। ਹਾਂਜੀ ਹਾਂ, ਸਾਨੂੰ ਪਹਿਲਾਂ ਕੱਲ ਰੇਲਵੇ ਵੱਲੋਂ ਸਲਾਹ ਮਿਲੀ ਸੀ ਇੱਕ ਡੈਡ ਬੋਡੀ ਜਿਹੜੀ ਉੱਥੇ ਪਈ ਹੈ ਲਾਈਨਾਂ 'ਤੇ, ਅਤੇ ਅਸੀਂ ਉੱਥੇ ਮੌਕੇ 'ਤੇ ਪਹੁੰਚੇ ਸੀ। ਉਸ ਤੋਂ ਬਾਅਦ ਅਸੀਂ 72 ਘੰਟੇ ਵਾਸਤੇ ਉਹਨੂੰ ਮੋਰਚੇ 'ਚ ਰੱਖਿਆ ਗਿਆ ਸੀਗਾ ਸਿਵਲ ਹਸਪਤਾਲ, ਅਤੇ ਉਹਦੀ ਉਦੋਂ ਕੋਈ ਪਹਿਚਾਣ ਨਹੀਂ ਪਈ, ਅਤੇ ਤਕਰੀਬਨ ਸ਼ਾਮ ਨੂੰ ਉਹਦੇ ਜਿਹੜੇ ਵਾਰਸ ਆ ਗਏ ਸੀਗੇ, ਅਤੇ ਵਾਰਸਾਂ ਨੇ ਮਤਲਬ ਹੁਣ ਅਸੀਂ ਵਾਰਸਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਹੈ। ਉਹਨਾਂ ਨੇ ਕਿਸੇ ਦੇ ਕੋਈ ਸ਼ੱਕ ਜ਼ਾਹਰ ਨਹੀਂ ਕੀਤਾ ਜੀ, ਅਤੇ ਅਸੀਂ ਹੁਣ ਪੋਸਟਮਾਰਟਮ ਕਰਾ ਕੇ ਇਹਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਬੰਦਾ ਹੈ ਕਿੱਥੇ ਸਰਵਿਸ ਕੇ ਲਈ? ਇਹ ਵਿਕਾਸ ਰਾਣਾ ਸੀ, ਇਹ ਜਲੰਧਰ ਤੋਂ, ਜਲੰਧਰ ਦਾ ਸੀਗਾ। ਠੀਕ ਹੈ ਜੀ। ਉਹ ਸੁੱਧਾ ਥਾਣੇ 'ਚ ਪੈਂਦਾ ਏਰੀਆ, ਉੱਥੋਂ ਦੇ ਸੀਗਾ, ਅਤੇ ਉੱਥੋਂ ਦੇ ਰਹਿਣ ਵਾਲਾ ਜਲੰਧਰ ਦਾ। ਅਤੇ ਪਤਾ ਲੱਗਾ ਵੀ ਬੰਦਾ ਆਇਆ ਕਿੱਦਾਂ ਇੱਥੇ ਤੱਕ? ਰਹੇ ਇਹਦਾ ਨਹੀਂ ਪਤਾ ਵੀ ਕਿਸ ਚੀਜ਼ 'ਤੇ ਆਇਆ ਜੀ। ਹਾਂਜੀ ਹਾਂ, ਡਿਵੀਜ਼ਨ ਨੰਬਰ 1 ਦੇ ਵਿੱਚ ਅੰਡਰ ਸੈਕਸ਼ਨ 306 ਤਹਿਤ ਮੁਕੱਦਮਾ ਦਰਜ ਕੀਤਾ ਵਾ। ਮਰਨ ਵਾਲੀ ਜਿਹੜੀ ਲੜਕੀ ਹੈਗੀ ਉਹਦੇ ਘਰ ਵਾਲੇ ਦੇ ਖਿਲਾਫ਼ ਇਹ ਬਾਰ ਬਿਆਨ ਹੈ। ਰੂਪ ਲਾਲ ਜਿਹੜੇ ਉਹਦੇ ਫਾਦਰ ਨੇ ਉਹਨੇ ਦਰਜ ਕਰਾਇਆ। ਉਹਨੇ ਆਪਣੇ ਬਿਆਨ 'ਚ ਲਿਖਾਇਆ ਵੀ ਇਹਦੀ ਬੇਟੀ ਪਹਿਲਾਂ ਨੌਕਰੀ ਕਰਦੀ ਸੀ, ਬਾਅਦ 'ਚ ਉਹਨੇ ਨੌਕਰੀ ਛੱਡ ਦਿੱਤੀ ਸੀ ਘਰੇਲੂ ਪ੍ਰੋਬਲਮ ਕਰਕੇ, ਲੇਕਿਨ ਉਹਨੂੰ ਕੰਪੈਲ ਕਰਦਾ ਵੀ ਉਹ ਨੌਕਰੀ ਕਰੇ, ਅਤੇ ਇਸ ਕਰਕੇ ਕੁੱਟਮਾਰ ਕਰਦਾ ਸੀ। ਉਸ ਤੋਂ ਦੁਖੀ ਹੋ ਕੇ ਉਹਨੇ ਸੁਸਾਈਡ ਕਰ ਲਿਆ, ਅਤੇ ਉਹਦੇ ਘਰ ਵਾਲੇ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ। ਮਰਨ ਵਾਲੇ ਨਾਂ 'ਤੇ ਅਸੀਮਾ ਹੈ, ਫਰੈਂਡਸ ਕਲੋਨੀ ਦਾ ਵਕੂਆ ਹੈ, ਅਤੇ ਵਿਕਾਸ ਰਾਣਾ ਉਹਦਾ ਘਰ ਵਾਲਾ ਹੈ। ਉਹਦੇ ਘਰ ਵਾਲੇ ਬਾਰੇ ਪਤਾ ਲੱਗਿਆ ਵੀ ਉਹਨੇ ਸੁਸਾਈਡ ਕਰ ਲਿਆ ਉੱਥੇ ਫਲੋਰ ਰੇਲਵੇ ਸਟੇਸ਼ਨ 'ਤੇ, ਉਹ ਰੇਲਵੇ ਪੁਲਿਸ ਉਹਦੀ ਕਾਰਵਾਈ ਕਰ ਰਹੀ ਆ, ਉਹਦੇ ਬਾਰੇ ਉਹਨਾਂ ਰਾਬਤਾ ਕੀਤਾ ਜਾ ਰਿਹਾ। ਨਹੀਂ, ਫਿਲਹਾਲ ਸਾਡੀ ਤਫਤੀਸ਼ 'ਚ ਗੱਲ ਨਹੀਂ ਆਈ, ਅਸੀਂ ਤਫਤੀਸ਼ ਕਰ ਰਹੇ ਹਾਂ। ਜੇ ਕਿਸੇ ਦਾ ਹੋਰ ਕਿਸੇ ਦਾ ਕਸੂਰ ਹੋਊਗਾ ਤਾਂ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ।